ਸਤਿ ਸ੍ਰੀ ਅਕਾਲ ਕਿਸਾਨ ਵੀਰੋ ਆਪਾਂ ਕਈ ਵਾਰ ਕਣਕ ਦੀ ਬਜਾਈ ਵਿੱਚ ਕੁਝ ਕਾਰਨਾ ਕਰਕੇ ਲੇਟ ਹੋ ਜਾਂਦੇ ਆ ਤੇ ਉਹਨੂੰ ਸੋਚਦੇ ਆ ਕਿ ਆਪਾਂ ਕਣਕ ਦੀ ਕਿਹੜੀ ਵੈਰੈਟੀ ਬੀਜੀਏ ਜਾਂ ਕਿਹੜੀ ਕਿਸਮ ਬੀਜੀਏ ਜਿਹਦੇ ਕਰਕੇ ਆਪਾਂ ਸਹੀ ਝਾੜ ਲੈ ਸਕੀਏ ਸੋ ਕਿਸਾਨ ਵੀਰੋ ਅੱਜ ਆਪਾਂ ਹੁਣ ਗੱਲ ਕਰਦੇ ਆਂ ਕਣਕ ਦੀਆਂ ਪਛੇਤੀ ਬਜਾਈ ਦੀਆਂ ਕਿਸਮਾਂ ਬਾਰੇ ਇਹਨਾਂ ਵਿੱਚ ਸਭ ਤੋਂ ਪਹਿਲਾਂ ਹੁੰਦੀ ਹੈ ਪੀਵੀਡਬਲਯੂ 771 ਦੂਸਰੀ ਵੈਰੈਟੀ ਆਉਂਦੀ ਹੈ PBW 757 ਅਤਿਤੀ ਸੀ ਕਿਸਮ ਹੈਗੀ ਹੈ PBW 752 ਕਿਸਾਨ ਵੀਰੋ ਜਿਹੜੀ ਵੈਰਾਈਟੀ ਹੈਗੀ ਹੈ PBW 771 ਤੇ PBW 752 ਇਹ ਆਪਾਂ ਨਵੰਬਰ ਦੇ ਚੌਥੇ ਹਫਤੇ ਤੋਂ ਲੈ ਕੇ ਦਸੰਬਰ ਦੇ ਚੌਥੇ ਹਫਤੇ ਤੱਕ ਵੇਚ ਸਕਦੇ ਆ ਤੇ ਜਿਹੜੀ ਵੈਰਾਈਟੀ PBW 757 ਉਹ ਕਿਸਾਨ ਵੀਰੋ ਆਪਾਂ ਜਨਵਰੀ ਦੇ ਪਹਿਲੇ 15 ਵਾੜੇ ਲਈ ਆਪਾਂ ਵੇਚ ਸਕਦੇ ਆ ਤੇ ਕਿਸਾਨ ਵੀਰੋ ਹੁਣ ਆਪਾਂ ਇਹਨਾਂ ਦੀਆਂ ਕਿਸਮ ਵਾਈਜ਼ ਆਪਾਂ ਗੱਲ ਕਰਾਂਗੇ ਵੀ ਕਿਹੜੀ ਵੈਰਾਈਟੀ ਦਾ ਕੀ ਜਿਹੜੇ ਹੈਗੇ ਆ ਕੱਦ ਹੈਗੇ ਆ ਜਾਂ ਉਹਨਾਂ ਦਾ ਕੀ ਝਾੜ ਹੈਗਾ ਤਾਂ ਦੋਸਤੋ ਆਪਾਂ ਉਹਨੇ ਆ ਪੀਬੀਡਬਲ 777 ਤੇ ਇਹਦਾ ਔਸਤਨ ਕੱਦ ਜਿਹੜਾ ਉਹ ਹੈ 80 ਸੈਂਟੀਮੀਟਰ ਤੇ ਤਕਰੀਬਨ 133 ਦਿਨਾਂ ਵਿੱਚ ਪੱਕ ਜਾਂਦੀ ਹੈ ਤੇ ਇਹ ਪੀਲੀ ਕੁੰਗੀ ਤੋਂ ਕਾਫੀ ਹੱਦ ਤੱਕ ਅਤੇ ਪੂਰੀ ਕੁੰਗੀ ਦਾ ਵੀ ਟੱਕਰ ਕਰਦੀ ਹੈ ਇਸ ਦਾ ਜੋ ਔਸਤਨ ਝਾੜ ਹੈ ਦੋਸਤੋ ਉਹ ਹੈ 47.5 ਮਣ ਪ੍ਰਤੀ ਏਕੜ ਤੇ ਅਗਲੀ ਵੈਰਾਈਟੀ ਆ ਜਾਂਦੀ ਹੈਗੀ ਹੈ ਪੀਬੀਡਬਲਿਊ 757 ਦੋਸਤੋ ਇਹ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ 1 ਅਧ ਜਨਵਰੀ ਤੱਕ ਆਪਾਂ ਬਜਾਈ ਕਰ ਸਕਦੇ ਆ ਯਾਨੀ ਕਿ 1 ਜਨਵਰੀ ਤੋਂ ਲੈ ਕੇ 15 ਜਨਵਰੀ ਤੱਕ ਇਸ ਦਾ ਔਸਤਨ ਕੱਦ ਹੈਗਾ 82 ਸੈਂਟੀਮੀਟਰ ਅਤੇ ਤਕਰੀਬਨ 114 ਦਿਨਾਂ ਵਿੱਚ ਇਹ ਪੱਕ ਜਾਂਦੀ ਹੈ ਤੇ ਇਸ ਦਾ ਔਸਤਨ ਝਾੜ ਕਿਸਾਨ ਵੀਰੋ ਹੈਗਾ 39. 5 ਮਣ ਪ੍ਰਤੀ ਏਕੜ ਹੁਣਤੀ ਸੀ ਵੈਰਾਈਟੀ ਹੈਗੀ ਹੈ ਪੀਬੀਡਬਲਯੂ 752 ਜੋ ਕਿ 99 ਸੈਂਟੀਮੀਟਰ ਦੇ ਕੱਦ ਦੀ ਹੁੰਦੀ ਹੈ ਤੇ ਪੱਕਣ ਲਈ ਤਕਰੀਬਨ 130 ਦਿਨ ਲੈਂਦੀ ਹੈ ਤੇ ਇਹਦੇ ਜਿਹੜੇ ਸਿੱਟੇ ਹੁੰਦੇ ਹਨ ਉਹ ਦਰਮਿਆਨੇ ਸੰਘਣੇ ਅਤੇ ਲਾਲ ਕੁੰਡੀਆਂ ਵਾਲੇ ਹੁੰਦੇ ਹਨ ਇਹ ਵੈਰਾਈਟੀ ਜਿਹੜੀ ਪੀਲੀ ਅਤੇ ਭੂਰੀ ਕੁੰਗੀ ਦਾ ਟੱਕਰ ਕਰ ਸਕਦੀ ਹੈ ਅਤੇ ਇਸ ਦਾ ਜੋ ਔਸਤਨ ਧਾੜ ਹੈ ਉਹ ਹੈ 48 ਮਣ ਪ੍ਰਤੀ ਏਕੜ ਸੋ ਖਸਾਨ ਵੀਰੋ ਆਪਾਂ ਇਹਨਾਂ ਵੈਰਾਈਟੀਆਂ ਨੂੰ ਜੇਕਰ ਲੇਟ ਹੋ ਜਾਣੇ ਕਣਕ ਬੀਜਣੋਂ ਤਾਂ ਇਹਨਾਂ ਨੂੰ ਬੀਜ ਕੇ ਆਪਾਂ ਜਿਹੜਾ ਆਪਦਾ ਜਿਹੜਾ ਸਹੀ ਝਾੜ ਕਣਕ ਦਾ ਲੈ ਸਕਦੇ ਆ ਸੋ ਇਹਨਾਂ ਕਹਿਣਾ ਹੋਇਆ ਮਾਪ ਜੀ ਤੋਂ ਅੱਗੇ ਲੈਣਾ ਹੈ ਧੰਨਵਾਦ